ਉਹ ਜਾ ਕੇ ਸਰਵ ਹਿਤਕਾਰੀ ਸਕੂਲ 'ਚ ਜਾ ਕੇ ਉੱਥੇ ਘੇਰਾ ਪਾ ਲਿਆ। ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਕੌਣ ਆ, ਵੀ ਪ੍ਰਿੰਸੀਪਲ ਕੌਣ ਲੱਗੇ ਉਹਦੇ ਕੋਲ? ਆ ਗਿਆ ਸੀ ਪੱਤਰਕਾਰ ਨੇ, ਦੋ ਸਵਾਲ ਪੁੱਛੇ ਕੀ ਹੋ ਗਿਆ, ਉਹਦੀ ਕੁੱਟਮਾਰ ਕੀਤੀ ਜਾਂ ਨਾ ਕੀਤੀ ਮੈਨੂੰ ਇਹ ਪਤਾ ਨਹੀਂ, ਉਹ ਆਪ ਦੱਸ ਸਕਦਾ। ਪਰ ਖਬਰਾਂ 'ਚ ਇੱਕ ਲਿਖਿਆ ਵੀ ਉਹਨੂੰ ਬੰਦ ਕਰਕੇ ਰੱਖਿਆ, ਉਹਨੂੰ ਧੱਕਾ ਮੁੱਕੀ ਵੀ ਕੀਤੀ, ਕੈਮਰਾ ਵੀ ਖੋਇਆ, ਇਹ ਸਾਰਾ ਕੁਛ। ਇਹਦੀ ਪਹੁੰਚ ਜਿਹੜੀ ਸਾਰੇ ਪਾਸੇ ਰਹੀ ਹੈ ਨਾ, ਬਦਮਾਸ਼ੀ ਵਾਲੀ ਰਹੀ ਹੈ। ਲੱਖੇ ਸਿਧਾਣੇ ਕੋਲੇ ਕਿਸੇ ਗੱਲ ਦਾ ਕੋਈ ਬਦਲ ਨਹੀਂ। ਕੋਈ ਸਿਆਸਤ ਮਲੀ ਸਾਹਿਬ, ਇਹਦੀ ਕੋਈ ਸਿਆਸਤ ਹੈਗੀ ਹੈ? ਜਿਵੇਂ ਹਰ ਬੰਦੇ ਦੀ ਕੋਈ ਸਿਆਸਤ ਆ, ਕੋਈ ਸਮਝ ਹੈ, ਸੂਝ ਆ, ਤੁਹਾਨੂੰ ਕੀ ਲੱਗਦਾ ਲੱਖੇ ਦੀ ਕੀ ਸਿਆਸਤ? ਖਰੂ ਪਾਊ ਤੇ ਭੜਕਾਊ, ਕੋਈ ਵਰਤਾਂਤ ਨਹੀਂ ਸਿਰਜਣ ਦੇਣਾ, ਕੋਈ ਸਹੀ ਰਾਹ ਤੇ ਤੁਰ ਨਹੀਂ ਦੇਣਾ, ਉੱਥੇ ਜਾ ਕੇ ਖਰੂ ਪਾਉਣਾ। ਭਗਵੰਤ ਮਾਨ ਨੇ ਵੀ ਛੱਡੀ ਸੀ ਸੁੱਟ ਲਈ, 21 ਤਰੀਕ ਤੱਕ ਸਾਰੇ ਬੋਰਡ ਉੱਤੇ ਪੰਜਾਬੀ ਕਰ ਲਓ ਨਹੀਂ ਕਾਰਵਾਈ ਕਰਾਂਗੇ, ਮੁੜ ਕੇ ਪਤਾ ਲੱਗਿਆ ਕਿਤੇ ਗਿਆ। ਇਸੇ ਤਰ੍ਹਾਂ ਲੱਖਾਂ ਸਿਧਾਣਾ ਕਦੇ ਡਾਕਟਰ ਦੀ ਦੁਕਾਨ 'ਚ ਵੜ ਜਾਂਦਾ ਕਿਸੇ ਦੀ, ਕਦੇ ਕਿਸੇ ਸਕੂਲ 'ਚ ਵੜ ਜਾਂਦਾ। ਉਹੀ ਡਰੋਲੀ ਜਥਾ ਨਾਲ ਆ, ਜਿਹਨਾਂ ਦਾ ਜਿਹਨਾਂ ਦੀ ਇੱਕ ਸਿਆਸਤ ਆ, ਬਾਈ ਦੇ ਨਾਲ ਆ, ਬਸ ਬਾਈ ਦੇ ਨਾਲ ਆ। ਬਾਈ ਖੂਹ 'ਚ ਛਾਲ ਮਾਰੇ, ਅਸੀਂ ਉਹਦੇ ਨਾਲ ਆ। ਬਾਈ ਖਾਤੇ 'ਚ ਛਾਲ ਮਾਰੇ, ਅਸੀਂ ਉਹਦੇ ਨਾਲ ਆ, ਕਿਉਂਕਿ ਖਾਲੀ ਭਾਂਡੇ ਨੇ। ਕਹਿੰਦੇ ਥੁੱਥਾ ਚਣਾ ਬਾਜੇ ਘਣਾ, ਇਸ ਕਰਕੇ ਬੜਕ ਬਹੁਤ ਮਾਰਦਾ। ਪੱਤਰਕਾਰ ਦੀਆਂ ਲੱਤਾਂ ਭਾਰ ਚੱਲ ਜਾਣਗੀਆਂ, ਕਿਉਂਕਿ ਇਹ ਸਵਾਲ ਹੁੰਦੇ ਰਹੇ ਆ ਪਹਿਲਾਂ। ਉਹ ਬਾਈ ਦੀਪ ਸਿੱਧੂ ਆ ਗਿਆ, ਉਹ ਬਾਈ ਅੰਮ੍ਰਿਤਪਾਲ ਆ ਗਿਆ, ਉਹ ਬਾਈ ਲੱਖਾ ਆ ਗਿਆ, ਤੇ ਵਾਰਸ ਪੰਜਾਬ ਦੇ ਕਿੱਥੇ ਨੇ? ਲੱਖੇ ਨੂੰ ਫੜ ਕੇ ਅੰਦਰ ਕਰ ਦੇਣ, ਕਿਸੇ ਨੇ ਮੁਲਾਕਾਤ ਕਰਨ ਨਹੀਂ ਜਾਣਾ ਬੜਾ ਭੁਲੇਖਿਆ ਨੂੰ। ਅਸਲ 'ਚ ਭਗਵੰਤ ਮਾਨ ਨੇ ਸਾਰੀ ਵਿਉਂਤਬੰਦੀ ਇਸ ਤਰ੍ਹਾਂ ਕੀਤੀ ਸੀ ਵੀ ਵਿਰੋਧੀ ਪਾਰਟੀਆਂ ਆ ਨਾ ਸਕਣ। ਪਹਿਲਾ ਟਵੀਟ ਦੇਖ ਲਓ, ਕੱਪੜੇ ਲਹਾ ਕੇ ਤੋਰੂ ਆ ਜਾਓ। ਦੂਜਾ ਟਵੀਟ ਦੇਖ ਲਓ, ਸਾਰੇ ਮਸਲਿਆਂ 'ਤੇ ਬਹਿਸ ਹੋਊ, ਸਾਰੇ ਪੰਜਾਬ ਨੂੰ ਸੱਦਾ ਲੈ ਲਓ, ਜਿੰਨਿਆਂ ਨੇ ਆਉਣਾ ਤੁਸੀਂ ਆ ਜਾਓ, ਬੰਦਾ 1200 ਸੀ। ਮੁੜ ਕੇ ਸਿਰਫ ਜਿਹੜੇ ਸੱਦੇ ਨੇ ਉਹੀ ਆ ਸਕਣਗੇ। ਭਾਨਾ ਸਿੱਧੂ ਅੰਦਰ ਕੀਤਾ ਸੀ, ਕੀ ਬਣਿਆ? ਮੁੜ ਕੇ ਕਿਵੇਂ ਲੱਤਾਂ ਭਾਰ ਕਿਹਦੀਆਂ ਚੱਲਦੀਆਂ? ਵਾਰਸ ਪੰਜਾਬ ਦੇ ਆ ਕਿੱਥੇ ਆ ਜੀ? ਪਰਿਵਾਰ ਏ ਲੜ ਰਿਹਾ, ਪਰਿਵਾਰ ਏ ਖੰਡ ਪਾਠ ਪਾ ਰਿਹਾ, ਪਰਿਵਾਰ ਏ ਬੇਨਤੀ, ਪਰਿਵਾਰ ਨੇ ਤਾਂ ਕਰ ਨਹੀਂ ਹੁੰਦਾ ਜੀ। ਜੇ ਖਾਲਸਾ ਸਕੂਲ ਖੁੱਲੂ, ਉੱਥੇ ਗੁਰੂ ਨਾਨਕ ਦੀ, ਸਿੱਖਾਂ ਦੀ, ਉਹਨਾਂ ਦੀਆਂ ਫੋਟੋ ਲੱਗਣਗੀਆਂ। ਜੇ ਕਿਸੇ ਹਿੰਦੂ ਜਥੇਬੰਦੀ ਦਾ ਸਕੂਲ ਆ, RSS ਦਾ ਸਕੂਲ ਆ, ਉਹਨੇ ਆਪਣੇ ਬੰਦਿਆਂ ਦੀਆਂ ਲਾਉਣੀਆਂ ਨੇ, ਅਤੇ ਉੱਥੇ ਜਾ ਕੇ ਲੱਖੇ ਵਰਗੇ ਡਰੋਲੀ ਜਥੇ ਬਥੇਰੇ ਨੇ, ਤੁਹਾਨੂੰ ਪਤਾ, ਉਹ ਜਾ ਕੇ ਫਾਲਨ ਕਰਨ ਲੱਗ ਜਾਣ। ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਸਪਾਈਸ 'ਤੇ ਮੈਂ ਕਰਮ ਸਿੱਖ ਆ, ਤੁਹਾਡਾ ਸਵਾਗਤ ਕਰਦਾ। ਦੋਸਤੋ, ਪੰਜਾਬ ਦੇ ਵਿੱਚ ਰਾਜਨੀਤਿਕ ਖਲਾਅ ਪੈਦਾ ਹੋਇਆ ਹੋਇਆ, ਔਰ ਉਸ ਖਲਾਅ ਨੂੰ ਭਰਨ ਲਈ ਬਹੁਤ ਸਾਰੀਆਂ ਤਾਕਤਾਂ ਕੋਸ਼ਿਸ਼ ਕਰ ਰਹੀਆਂ ਨੇ। ਉਹਨਾਂ ਤਾਕਤਾਂ ਦੇ ਵਿੱਚ ਇੱਕ ਨੌਜਵਾਨ ਹੈ ਲੱਖਾ ਸਿਧਾਣਾ, ਜਿਹੜਾ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਦੇ ਵਿੱਚ ਰਹਿੰਦਾ। ਪਿਛੋਕੜ ਜਿਹੜਾ ਉਹਨਾਂ ਦਾ ਰਿਹਾ, ਉਹ ਗੈਂਗਸਟਰ ਦੇ ਤੌਰ 'ਤੇ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜ਼ਿੰਦਗੀ ਚੇਂਜ ਕੀਤੀ ਆ, ਰਾਜਨੀਤੀ ਦੇ ਵਿੱਚ ਆਏ ਆ। ਜਦੋਂ ਪੰਜਾਬ ਦੇ ਵਿੱਚੋਂ ਕਿਸਾਨ ਬਹੀਰਾ ਘੱਤ ਕੇ ਦਿੱਲੀ ਨੂੰ ਜਾਂਦੇ ਆ, ਅੰਦੋਲਨ ਲੜਦੇ ਆ, ਉਸ ਅੰਦੋਲਨ ਦੇ ਦਰਮਿਆਨ ਵੀ ਲੱਖੇ ਸਿਧਾਣੇ ਦੀ ਆਵਾਜ਼ ਅਲੱਗ ਆਉਂਦੀ ਰਹੀ ਆ। ਕਿਸਾਨ ਆਗੂਆਂ ਦੇ ਖਿਲਾਫ ਵੀ ਆਉਂਦੀ ਰਹੀ ਆ, ਅਤੇ ਕਿਸਾਨ ਅੰਦੋਲਨ ਦੇ ਹੱਕ 'ਚ ਵੀ ਆਉਂਦੀ ਰਹੀ ਆ। ਉਸ ਤੋਂ ਬਾਅਦ ਵੀ ਲਗਾਤਾਰ ਜਿੱਥੇ ਪੰਜਾਬ ਦੇ ਵਿੱਚ ਕੋਈ ਚਰਚਾ ਛਿੜਦੀ ਹੈ, ਚਾਹੇ ਉਹ ਮੱਤੇਵਾੜ ਦੇ ਜੰਗਲ ਦੇ ਨੂੰ ਉਜਾੜਨ ਦੇ ਖਿਲਾਫ ਕੋਈ ਮੂਵਮੈਂਟ ਹੋਵੇ, ਜਾਂ ਪੰਜਾਬੀ ਭਾਸ਼ਾ ਦੇ ਬੋਰਡਾਂ ਨੂੰ ਲੈ ਕੇ ਹੋਵੇ, ਜਾਂ ਕੋਈ ਡਿਬੇਟ ਹੁੰਦੀ ਆ, ਉੱਥੇ ਲੱਖਾ ਸਿਧਾਣਾ ਹਾਜ਼ਰ ਰਹਿੰਦਾ। ਪਰ ਪਿਛਲੇ ਦਿਨੀਂ ਜਦੋਂ ਪੰਜਾਬ ਸਰਕਾਰ ਨੇ ਇੱਕ ਡਿਬੇਟ ਲਈ ਸੱਦਾ ਦਿੱਤਾ, ਤਾਂ ਲੱਖਾ ਸਿਧਾਣਾ ਉੱਥੇ ਗੈਰ ਹਾਜ਼ਰ ਪਾਇਆ ਗਿਆ। ਔਰ ਇਹ ਸਵਾਲ ਪੰਜਾਬ ਦੇ ਇੱਕ ਪੱਤਰਕਾਰ ਨੇ ਜਦੋਂ ਲੱਖਾ ਸਿਧਾਣਾ ਨੂੰ ਕੀਤਾ, ਤਾਂ ਉਸ ਤੋਂ ਬਾਅਦ ਬਵਾਲ ਖੜ੍ਹਾ ਹੋ ਗਿਆ। ਉਸ ਪੱਤਰਕਾਰ ਨੂੰ ਧੱਕੇ ਨਾਲ ਕਮਰੇ 'ਚ ਬਿਠਾਇਆ ਗਿਆ, ਉਹਦਾ ਕੈਮਰਾ ਖੋਇਆ ਗਿਆ, ਅਤੇ ਉਹ ਸਵਾਲ ਦਾ ਜਿਹੜਾ ਜਵਾਬ ਸੀ, ਕਹਿੰਦੇ ਆ ਵੀ ਸੁਣਨ 'ਚ ਆਇਆ ਕਿ ਲੱਖੇ ਸਿਧਾਣੇ ਨੇ ਕਿਹਾ, ਮੈਂ ਡਰ ਗਿਆ ਸੀ ਇਸ ਕਰਕੇ ਮੈਂ ਉਸ ਪ੍ਰੋਗਰਾਮ 'ਚ ਨਹੀਂ ਗਿਆ, ਕਿਉਂਕਿ ਮੈਨੂੰ ਸਰਕਾਰ ਨੇ ਗ੍ਰਿਫਤਾਰ ਕਰ ਲੈਣਾ ਸੀ। ਔਰ ਬਾਅਦ ਵਿੱਚ ਉਹਨੇ ਰਿਲਾਈਜ਼ ਕੀਤਾ ਮੈਂ ਗਲਤ ਬੋਲਿਆ, ਇਸ ਕਰਕੇ ਉਹਨਾਂ ਨੂੰ ਕਿਹਾ ਵੀ ਇਸ ਚੀਜ਼ ਨੂੰ ਡਿਲੀਟ ਕਰੋ। ਉਹਨਾਂ ਨੇ ਡਿਲੀਟ ਨਹੀਂ ਕੀਤਾ, ਧੱਕੇ ਨਾਲ ਕੈਮਰਾ ਖੋ ਕੇ ਡਿਲੀਟ ਕੀਤਾ ਗਿਆ, ਸਾਰਾ ਐਪੀਸੋਡ ਵਾਪਰਿਆ। ਆਪਾਂ ਗੱਲ ਕਰਾਂਗੇ ਸਾਡੇ ਨਾਲ ਮਾਲਵਿੰਦਰ ਮਾਲੀ ਜੀ, ਜਿਹੜੇ ਰਾਜਨੀਤਿਕ ਮੁੱਦਿਆਂ ਦੇ ਉੱਤੇ ਆਪਣਾ ਵਿਚਾਰ ਰੱਖਦੇ ਰਹਿੰਦੇ ਆ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਆਖਰ ਮਸਲਾ ਕੀ ਹੈ। ਸਤਿ ਸ਼੍ਰੀ ਅਕਾਲ ਜੀ ਮਾਲੀ ਸਾਹਿਬ, ਮਾਲੀ ਸਾਹਿਬ, ਜਿਹੜਾ ਘਟਨਾਕ੍ਰਮ ਪਿੱਛੇ ਹੋਇਆ ਲੰਘੇ ਕੱਲ੍ਹ, ਕਿ ਇੱਕ ਪੱਤਰਕਾਰ ਵੱਲੋਂ ਸਵਾਲ ਕੀਤੇ ਗਏ, ਉਹ ਕਿਸ ਤਰੀਕੇ ਨਾਲ ਉਹਦੇ ਧੱਕੇ ਨਾਲ ਕੈਮਰਾ ਖੋ ਕੇ ਜਿਹੜਾ ਡਿਲੀਟ ਕੀਤਾ ਗਿਆ, ਕਿੱਦਾਂ ਦੇਖਦੇ ਹੋ ਕਿ ਲੱਖੇ ਵੱਲੋਂ ਜੇ ਵਾਕਈ ਇਹ ਘਟਨਾ ਇੱਦਾਂ ਹੀ ਹੋਈ ਆ, ਤਾਂ ਇਹ ਘਟਨਾ ਨੂੰ ਕਿਵੇਂ ਦੇਖਦੇ ਹੋ, ਕਿ ਲੱਖੇ ਦਾ ਜਿਹੜਾ ਰੋਲ ਆ ਕਿੱਦਾਂ? ਨਹੀਂ, ਲੱਖੇ ਸਿਧਾਣੇ ਦਾ ਇਹ ਕੋਈ ਨਵਾਂ ਰੋਲ ਨਹੀਂ। ਤੁਸੀਂ ਵੀ ਕਿਹਾ ਖਲਾਅ ਪੈਦਾ ਹੋਇਆ ਹੋਇਆ, ਖਲਾਅ ਨੂੰ ਭਰਨ ਦੀਆਂ ਕੋਸ਼ਿਸ਼ਾਂ ਨੇ। ਗੁਰਬਾਣੀ ਦਾ ਫਰਮਾਨ ਆ, ਪੜੋਸੀ ਕੇ ਜੋ ਹੋਆ ਆਪਣੇ ਵੀ ਜਾਣ।
ਲੱਖੇ ਸਿਧਾਣੇ ਨੇ ਇੱਕ ਗੱਲ ਠੀਕ ਆ, ਬੰਦਿਆਂ ਦੀ ਜ਼ਿੰਦਗੀ ਬਦਲ ਜਾਂਦੀ ਆ, ਵਿਚਾਰ ਬਦਲ ਜਾਂਦੇ ਨੇ, ਰਾਹ ਬਦਲ ਜਾਂਦੇ ਨੇ, ਚੰਗੇ ਤੋਂ ਮਾੜੇ ਵੀ ਹੋ ਜਾਂਦੇ ਨੇ, ਮਾੜੇ ਤੋਂ ਚੰਗੇ ਵੀ ਹੋ ਜਾਂਦੇ ਨੇ। ਇਸ ਕਰਕੇ ਜਦੋਂ ਕੋਈ ਮਾੜੇ ਪਾਸੇ ਉਹ ਚੰਗੇ ਪਾਸੇ ਆਉਂਦਾ, ਲੋਕ ਉਹਨੂੰ ਆਮ ਤੌਰ 'ਤੇ ਚੰਗੇ ਹੀ ਕਹਿੰਦੇ ਨੇ। ਪਰ ਇੱਕ ਅਮਲ ਨੇ ਦੱਸਣਾ ਹੁੰਦਾ ਵੀ ਉਹ ਬਦਲ ਗਿਆ ਕਿ ਨਵੇਂ ਰੂਪ 'ਚ ਉਹ ਪੁਰਾਣੀ ਗੱਲਾਂ ਜਾਰੀ ਨੇ। ਲੱਖੇ ਦਾ ਦੁਖਾਂਤ ਇਹ ਆ, ਜਿਵੇਂ ਮੌਜੂਦਾ ਖਲਾਅ ਨੂੰ ਨਾ, ਅਸਲ 'ਚ ਵਿਚਾਰਕ ਖਲਾਅ, ਸਿਆਸੀ ਖਲਾਅ, ਇਹ ਵਿਚਾਰ ਨਾਲ ਅਤੇ ਬਦਲਵੀਂ ਸਿਆਸਤ ਨਾਲ ਭਰਿਆ ਜਾਣਾ, ਬੰਦੇ ਬਦਲ ਕੇ ਨਹੀਂ ਭਰਿਆ ਜਾਣਾ। ਇਹ ਖੇਡ ਸਾਰੇ ਮੁਲਕ 'ਚ ਹੋ ਰਹੀ ਆ, ਮੋਦੀ ਦਾ ਬਦਲ ਕੇਜਰੀਵਾਲ, ਪੰਜਾਬ ਦੀ ਸਿਆਸੀ ਪਾਰਟੀਆਂ ਦਾ ਬਦਲ ਭਗਵੰਤ ਮਾਨ, ਭਗਵੰਤ ਮਾਨ ਦਾ ਬਦਲ ਲੱਖਾ ਸਿਧਾਣਾ। ਪਰ ਵਿਚਾਰਾਂ ਦਾ, ਸੋਚ ਦਾ, ਅਮਲ ਦਾ ਕਿੱਥੇ ਕੀ ਫਰਕ ਆ? ਕਿਤੇ ਨਹੀਂ ਦਿਖਾਈ ਦਿੰਦਾ ਤੁਹਾਨੂੰ। ਹੁਣ ਤੁਸੀਂ ਘਟਨਾਵਾਂ ਗਣਾਈਆਂ ਨੇ, ਲੱਖਾ ਪਹਿਲਾਂ ਸਮਾਜ ਸੇਵੀ ਬਣਿਆ, ਜੋ ਸਮਾਜ ਸੇਵੀ ਬਣ ਕੇ ਇਹਨੇ ਕੰਮ ਕੀਤੇ ਉਹ ਤੋਂ ਬੜੇ ਵੱਡੇ ਸਵਾਲ ਨੇ ਵੀ ਮੰਡੀ 'ਚੋਂ ਆਹ ਹਟਾਇਆ, ਤੂੰ ਫਿਰ ਐਂ ਕੀਤਾ, ਇਹਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਹ ਜਿਹੜੇ ਸਾਰੇ ਨੇ ਨਾ ਬੰਦੇ, ਇਹਨਾਂ ਦੀ ਇੱਕ ਖਾਸੀਅਤ ਇਹ, ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦੇ, ਟੋਟਕੇਬਾਜ਼ ਨੇ। ਅਤੇ ਟੋਟਕਾ ਅਕਸਰ ਇਹਨਾਂ ਦਾ ਠੀਕ ਹੁੰਦਾ, ਉਹਦੀ ਸਮੱਸਿਆ ਇਹ ਹੁੰਦੀ ਆ ਵੀ ਕਿਹੜਾ ਟੋਟਕਾ ਕਿੱਥੇ ਕਿਵੇਂ ਵਰਤਣਾ, ਉੱਥੇ ਖਤਾ ਖਾ ਜਾਂਦੇ ਨੇ। ਕਿਸਾਨ ਅੰਦੋਲਨ ਦੀ ਤੁਸੀਂ ਗੱਲ ਕੀਤੀ, ਮਤਲਬ ਇਹਦਾ ਸਾਰਾ ਰੋਲ ਇਹੀ ਰਿਹਾ, ਅੱਧੀਆਂ ਗਰੀਬ ਜੱਟ ਦੀ, ਅੱਧੀ ਤੇਰੀਆਂ ਮਲਾਜੇਦਾਰ। ਜਿੰਨੇ ਕਦਮਾਂ ਨੇ ਕਿਸਾਨ ਘੋਲ ਨੂੰ ਢਾਹ ਲਾਈ, ਇਹ ਉਹਨਾਂ 'ਚ ਕਿਸੇ ਨਾ ਕਿਸੇ ਰੂਪ 'ਚ ਭਾਗੀਦਾਰ ਰਿਹਾ। ਪਰ ਜਿਹੜਾ ਬਦਮਾਸ਼ ਹੁੰਦਾ ਨਾ, ਉਹ 'ਚ ਕਈ ਗੁਣ ਵੀ ਹੁੰਦੇ ਨੇ। ਉਹ ਜਾਇਦਾਦ ਬਣਾ ਲੈਂਦਾ ਵੀ ਲੈ, ਜੇ ਮੈਂ ਆਹ ਕੀਤਾ ਇਹਦਾ ਨੁਕਸਾਨ ਹੋਊ, ਜੇ ਆਹ ਕਰਾਂ ਇਹਦਾ ਫਾਇਦਾ ਲਓ। ਲੱਖਾ ਸਿਧਾਣਾ ਇਹ ਦਾਅ ਨੂੰ ਬੜਾ ਵਰਤਦਾ ਰਿਹਾ, ਕਿਹੜਾ ਕਿਸਾਨ ਘੋਲ ਨੂੰ ਉਲਟਾਉਣ ਦੇ ਵਿੱਚ, ਲੀਡਰਸ਼ਿਪ ਨੂੰ ਮੁੜ ਕੇ ਬਿਲਕੁਲ ਉਹਨਾਂ ਦੇ ਹੇਠਾਂ ਲੱਗਣ ਨੂੰ। ਆਪਣੇ ਪਿੰਡ ਰੈਲੀ ਕੀਤੀ ਉੱਥੇ ਨੇੜੇ, ਅਤੇ ਸਾਰੇ ਕਿਸਾਨ ਅੰਦੋਲਨ ਦੇ ਵਿਰੋਧੀ ਉੱਥੇ ਗਏ ਵੀ ਲੱਖੇ ਨੂੰ ਆਪਾਂ ਇੱਕ ਨਵੀਂ ਧਿਰ ਬਣਾਵਾਂਗੇ, ਐਂ ਕਰਾਂਗੇ। ਲੱਖਾ ਖੜਾ ਖੜੀ ਪੈਰ ਕੱਢ ਗਿਆ, ਕਹਿੰਦਾ ਬਿਨਾਂ ਸ਼ਰਤ ਹਮਾਇਤ ਕਰਾਂਗੇ, ਜੋ ਕਿਸਾਨ ਆਗੂ ਕਹਿਣਗੇ ਉਹਨਾਂ ਦੀ ਉਸ ਤਰ੍ਹਾਂ ਕਰਾਂਗੇ। ਜਿਹੜੇ ਗਏ ਸੀ ਉੱਥੇ, ਮਤਲਬ ਵੀ ਲੱਖੇ ਨੂੰ ਆਪਾਂ ਕਿਸਾਨ ਵਿਰੋਧੀ ਅੰਦੋਲਨ ਦੇ ਵਿਰੋਧੀ ਇੱਕ ਵਰਤਾਰੇ ਦਾ ਵਰਤਾਂਤ ਬਣਾਵਾਂਗੇ, ਉਹ ਫਿਸਕ ਹੋ ਗਏ, ਮੁੜ ਕੇ ਮਸਤ ਹੋਣੇ ਬਹਿਸਾਂ ਹੋਈਆਂ, ਫਿਰ ਆਪਸੀ ਇਹਨਾਂ ਦਾ ਕਿੰਨਾ ਖੰਡਾ ਖੜਕਿਆ। ਕਿਉਂਕਿ ਸਾਰੀਆਂ ਧਿਰਾਂ ਦੀ ਨਾ ਖਸਲਤ ਅਤੇ ਵਿਹਾਰ ਮਿਲਦਾ। ਖਾਲਿਸਤਾਨ ਦੀ ਤਾਂ ਲੱਖਾ ਕਦੇ ਐਂ ਹੁੰਦਾ ਇੱਕਜੁੱਟ ਨੇ, ਜਦੋਂ ਲੱਖਾ ਕਈ ਵਾਰ ਦੂਜਾ ਪੈਂਤੜ ਆਲਾ ਲੈਂਦਾ, ਉਹ ਕਹਿੰਦੇ ਲੱਖਾ ਗਦਾਰ, ਫਤਵਾ ਦੇਣ ਨੂੰ ਤਾਂ ਮਿੰਟੇ ਲਾਉਂਦੇ ਨੇ। ਸੋ ਇਸ ਮੌਕੇ ਜਿਹੜੀ ਇਹਦੀ ਪਹੁੰਚ ਜਿਹੜੀ ਸਾਰੇ ਪਾਸੇ ਰਹੀ ਹੈ ਨਾ, ਬਦਮਾਸ਼ੀ ਵਾਲੀ ਰਹੀ ਆ। ਲੱਖੇ ਸਿਧਾਣੇ ਕੋਲੇ ਕਿਸੇ ਗੱਲ ਦਾ ਕੋਈ ਬਦਲ ਨਹੀਂ। ਭਾਸ਼ਾ ਦਾ ਮਾਮਲਾ ਕੀ ਆ, ਇਹਦੀ ਗਲਤ ਨੀਤੀ ਕੀ ਆ, ਸਹੀ ਨੀਤੀ ਕੀ ਹੋਣੀ ਚਾਹੀਦੀ, ਕੁਛ ਨਹੀਂ। ਟੋਟਕਾ, ਬਾਹਰਲੇ ਮੁੰਡੇ ਭਰਤੀ ਕਰੀ ਜਾ ਰਿਹਾ, ਕਿਉਂ ਕਰੀ ਜਾ ਰਿਹਾ, ਇਹ ਭਰਤੀ ਕਿਵੇਂ ਬੰਦ ਹੋਊ? ਬੋਰਡਾਂ 'ਤੇ ਆ ਲਿਖਿਆ ਜਾ ਰਿਹਾ, ਕਿਉਂ ਲਿਖਿਆ ਜਾ ਰਿਹਾ, ਕਿਵੇਂ ਬੰਦ ਹੋਊ? ਭਗਵੰਤ ਮਾਨ ਨੇ ਵੀ ਛੱਡੀ ਸੀ ਸੁੱਟ ਲਈ, 21 ਤਰੀਕ ਤੱਕ ਸਾਰੇ ਬੋਰਡ ਉੱਤੇ ਪੰਜਾਬੀ ਕਰ ਲਓ, ਨਹੀਂ ਕਾਰਵਾਈ ਕਰਾਂਗੇ, ਮੁੜ ਕੇ ਪਤਾ ਲੱਗਿਆ ਕਿਤੇ ਗਿਆ। ਇਸੇ ਤਰ੍ਹਾਂ ਲੱਖਾ ਸਿਧਾਣਾ ਕਦੇ ਡਾਕਟਰ ਦੀ ਦੁਕਾਨ 'ਚ ਵੜ ਜਾਂਦਾ ਕਿਸੇ ਦੀ, ਕਦੇ ਕਿਸੇ ਸਕੂਲ 'ਚ ਵੜ ਜਾਂਦਾ, ਉਹੀ ਡਰੋਲੀ ਜਥਾ ਨਾਲ ਆ, ਜਿਹਨਾਂ ਦਾ ਜਿਹਨਾਂ ਦੀ ਇੱਕ ਸਿਆਸਤ ਆ, ਬਾਈ ਦੇ ਨਾਲ ਆ, ਬਸ ਬਾਈ ਦੇ ਨਾਲ ਆ, ਬਾਈ ਖੂਹ 'ਚ ਛਾਲ ਮਾਰੇ ਅਸੀਂ ਉਹਦੇ ਨਾਲ ਆ, ਬਾਈ ਖਾਤੇ 'ਚ ਛਾਲ ਮਾਰੇ ਅਸੀਂ ਉਹਦੇ ਨਾਲ ਆ, ਕਿਉਂਕਿ ਖਾਲੀ ਭਾਂਡੇ ਨੇ। ਕਹਿੰਦੇ ਥੁੱਥਾ ਚਣਾ ਬਾਜੇ ਘਣਾ, ਇਸ ਕਰਕੇ ਬੜਕ ਬਹੁਤ ਮਾਰਦਾ, ਪਰ ਜਦੋਂ ਕੋਈ ਮੂਹਰੋਂ ਟੱਕਰਦਾ ਫਿਰ ਸਲਿੱਪ ਵੀ ਪੂਰਾ ਕੱਢਦਾ। ਆਹ ਹੁਣ ਤੁਸੀਂ ਆਹ ਦੱਸਿਆ ਨਾ, ਇਹਨੂੰ ਕਿਸਾਨ ਕੋਲ ਵੀ ਘੋਲ ਵੇਲੇ ਵੀ ਇਹਨੇ ਐਂ ਕੀਤਾ। ਹੁਣ ਅਸਲ ਗੱਲ ਕੀ ਹੋਈ ਆ, ਅਸਲ ਗੱਲ ਤਾਂ ਇਹਦਾ ਪ੍ਰਵਚਨ ਵੀ ਭਗਵੰਤ ਮਾਨ ਵਾਲੀ ਪ੍ਰਵਚਨ ਆ। ਇਸੇ ਕਰਕੇ ਤੁਸੀਂ ਇਹ ਦੇਖੋ, ਜਦੋਂ ਅੰਤਰਰਾਜੀ ਮੀਟਿੰਗ ਸੀ ਜਿੱਥੇ ਭਗਵੰਤ ਸਲਿੱਪ ਕੱਢ ਗਏ ਸੀ ਜਾਣ ਤੋਂ, ਜਿੱਥੇ ਪਾਣੀ ਦਾ ਟ੍ਰਿਬਿਊਨਲ ਮੰਨਿਆ ਆਏ ਸੀ ਹਰਜੋਤ ਬੈਂਸ ਅਤੇ ਆਪਣਾ ਹਰਪਾਲ ਚੀਮਾ, ਜਿੱਥੇ ਇਹ ਵੀ ਮੰਨਿਆ ਆਏ ਸੀ ਵੀ ਹਰਿਆਣੇ ਨੂੰ ਰਾਜਧਾਨੀ ਬਣਾ, ਆਪਣੀ ਵਿਧਾਨ ਸਭਾ ਬਣਾਉਣ ਲਈ ਥਾਂ ਦੇਵਾਂਗੇ, ਉਦੋਂ ਇਹ ਇਸੇ ਡਰੋਲੀ ਜਥੇ ਨਾਲ ਮੀਟਿੰਗਾਂ ਕਰ ਰਿਹਾ ਸੀ। ਉਸੇ ਦਿਨ ਆ ਜੂਝਦਾ ਪੰਜਾਬ ਅਤੇ ਲੱਖਾ ਸਿਧਾਣਾ ਗਰੁੱਪ, ਕਹਿੰਦੇ 45 ਮਿੰਟ ਦਾ ਟਾਈਮ ਸੀ, 2.5 ਘੰਟੇ ਗੱਲ ਹੋਈ, ਕਿਉਂਕਿ ਟੋਟਕੇਬਾਜ਼ ਨੇ ਸਾਰੇ ਇਕੱਠੇ ਹੋਏ। ਅਤੇ ਬਾਹਰ ਆ ਕੇ ਲੱਖੇ ਸਿਧਾਣੇ ਨੇ ਸਿਫਤਾਂ ਕੀਤੀਆਂ ਜੋ ਭਗਵੰਤ ਮਾਨ ਦੀਆਂ, ਅੱਜ ਤੁਸੀਂ ਦੁਬਾਰੇ ਸੁਣ ਲਓ। ਇਹਦਾ ਹਾਲ ਉਹੀ ਆ ਜਿਵੇਂ ਭਗਵੰਤ ਮਾਨ ਦੀ ਪਹਿਲੀ ਵੀਡੀਓ ਅੱਜ ਲਾ ਦਿਓ, ਐਂ ਲੱਗੋ ਭਗਵੰਤ ਮਾਨ ਦੇ ਖਿਲਾਫ਼ ਬੋਲਦਾ। ਜੋ ਕੁਛ ਅੱਜ ਇਹ ਕਹਿੰਦਾ ਭਗਵੰਤ ਮਾਨ ਵੀ ਗਲਤ ਰਾਹ 'ਤੇ ਆ ਫਲਾਨਾ, ਇਹਦੀ ਉਹ ਵੀਡੀਓ ਲਾ ਦਿਓ ਜੇ ਉਹ ਗੇਟ 'ਤੇ ਖੜ੍ਹ ਕੇ ਬੋਲਿਆ। ਜਿਹੜਾ ਕਹਿੰਦਾ ਐਡਾ ਸ਼ਹਿਰ ਦਾ ਮੁੱਖ ਮੰਤਰੀ ਆ, ਕਹਿੰਦਾ ਉਹਨੂੰ ਸਾਰੀਆਂ ਗੱਲਾਂ ਦਾ ਪਤਾ, ਅਤੇ ਉਹ ਕਹਿੰਦੇ ਵੀਰਾਂ ਦਾ ਪਤਾ ਕਿਵੇਂ ਲੱਗੂ? ਕਹਿੰਦਾ 15 ਦਿਨਾਂ 'ਚ ਤੁਸੀਂ ਫਰਕ ਪੈਂਦਾ ਦੇਖਿਓ ਪੰਜਾਬ 'ਚ। ਕੀ ਲੱਗਦਾ ਲੱਖਾ ਸਰਕਾਰ ਪੱਕੀ ਹੋਇਆ ਹੋਇਆ ਅੱਜ ਕੱਲ੍ਹ?
नहीं देखो सरकार पक्षी सरकार विरोधी ये फतवेबाजिया नाल कई बार गल ठीक नहीं होंगी। मैं कहना सरकार पक्षी ओरी कोई गल सरकार विरोधी भी हो अगला कोई विराह की आ बंदा चंगा माड़ा होने का सवाल नहीं, सवाल आदा नज़रिया की आदि विचार की आ सियासत की आदि कोई सियासत नहीं, कोई विचारधारा नहीं, टले मार सियासत भी कितने कहा जा टला मार के वाहवा वाहवा खट्टी जा सकती है यो कर लेंदा। चंडीगढ़ वाले सेमीनार से इन्हें आके की किया जी, वो पंजाबी बोली बारे से हालांकि सारे पंजाबी बोले उत्थे सारे पंजाबी जो पंजाबी बोली का सवाल उठाता वो की रियासी पार्टियां तो जवाब मंगण मारे से इन्हें सवाल उठाता माफ़ी मंगो पहला सारे तो पंजाब तो तुसी पहला गलत किया मंतव उहदा इह सी भी जिहड़े माहर ने होणगे वह अड अड पक्षों बारे दसणगे भी पानिया के मामले ते पंजाब नाल की होया ते गाह की होना चाहिए ते इन्हें आके आपदा टल खड़काता उत्थे ते उही मीडिया सारे समागम की कवरेज पिछे रह गई लखे वाले टों टों हो गई किन्ना चिर भी आ देखो जी लखे ने करता हुण जिहड़े बंदिआं नूं किसे गल असल गल पता की होंदी है सियासत की आ भी किहड़ी गल कित्थे करनी है किन्नी कु करनी है ते किवें करनी है तां कि उहदे नाल संवाद वधे उहदे नाल आपसी प्रभाव पवे उन्होंने लला लला जिथे मर्जी करा लो। हूँ ये कहना चाहता असल च भी भगवंत मान का बदल सियासी पार्टियां नहीं सरदार लखवीर सिंह सधाणा उर्फ लखा सधाणा इस करके ये प्रपंच रचदा कोई सियासत माली साहब यदि कोई सियासत हैगी है जिमें हर बंद की कोई सियासत है कोई समझ है सूझ है थोनू की लगता लखे की सियासत खौरू पाऊ तो भड़काऊ कोई वरतांत नहीं सरजन देना कोई सही राह ते तुर नहीं देना उत्थे जाके खौरू पाउणा आपदी गल कहनी आ ते प्रवचन खंडा देना इहदा फायदा की है लखे लखे नूं व्यक्तिवत हीरो है जो लखा भाई एक बंदे नूं सौ बंदियां दा डरोली जथा लखा भाई कहण लग जे ते खर्चा पानी भी चलण लग जे जिथे मर्जी तुसीं जाओ हुण जाके एक स्कूल चलाता डेरा चलो पहला पौधे वाली गल कर लीए पार्टियां ने कहता भी ये सवाद सिर च पाउण वाली दी खेड आ असल च भगवंत मान ने सारी व्यूतबंदी इस तरह की भी विरोधी पार्टियां आ ना सकन पहला ट्वीट देख लो कपड़े लहा के तोरू आ जाओ दूजा ट्वीट देख लो सारे मसलों पर बहस हो तीजा देख लो 19 मुद्दे चौथा देख लो 4 मुद्दे सारे पंजाब नूं सद्दा लै लो जिन्हें ने आना तुम आ जाओ बंदा 1200 से मुड़ के सिर्फ जिहड़े सद्दे ने उही आ सकणगे चन्नी वर्गियां नूं नहीं जाण दिता DSP बलविंदर सिंह उन्होंने नहीं जाने दिता ढांडे नहीं जाने दिता होर किन्ने बंदे किसान आगू जां होर सी उन्होंने नहीं जाने दिता किसी नूं घरे नहीं फड़िया। अच्छा कल्ला लखा सधाणा पंजाब च एड्डी वड्डी फोर्स सी कि जे उन्होंने घरे ना रोकदे ये हो नहीं सकना सी मतलब इन्ना इंतजाम पुलिस का कुछ नहीं बाकियों तो किसी कोई खतरा नहीं सिर्फ लखे नूं उभारिया क्यों सवेरे पुलिस उहदे घरे आई कुंडा ने आप खोलिया आओ जी गल्लां होईयां वी लखा तेनू उत्थे तां जान नहीं देना दस मुक्सर एक केस आ तेरे ते उह च गिरफ्तारी पाई है जां घरें बैठेगा कहिंदा मैं किहड़ा जाणा मैं घरें बैठा आराम नाल घरें बैठिया गल्लां बातां होईयां कहिंदा जाके की करांगे 15 केस पहलां ने 2 केस होर पै जाणगे एवें वाधू दी खज्जल खुआरी हो ये गल्लां कैमरे च आ गईयां असल च हुण उत्थे तां सहज भाक आ बैठे जिवें आपां हुण उदों बाद हीरो बनना सी फिर इन्हें चैलेंज करना सी भगवंत मान नूं भी देखो मैनू रोकया गया जी फलाने नूं रोकया गया जी धमके नूं रोकया गया जी वह गल्लां जदों कैमरे च आ गईयां वह इहदा हीज प्याज नंगा कर दियां सी जिहड़ा कहिंदा ना वड़क मारदा कहिंदा टट्ठा मोक मारदा कहिंदा लालिआं दा छड्डिआ होइआ हमेशा इह हुंदा तूं हुण आ पत्रकारां नाल पंगा पै गया इह माफ़ी मंग लूँ कोई एड्डी गल नहीं क्यों इहनूं पता जे पत्रकारां नाल पंगा जारी रहा इहदे आसरे तां इहदी गड्डी चलदी आ ਇਹ ਵੀ ਹੋ ਸਕਦਾ ਜਿਹੜਾ ਮੈਨੂੰ ਡਰ ਆ ਕਿ ਪੱਤਰਕਾਰ ਯੂਨੀਅਨ ਨੇ ਪੋਜੀਸ਼ਨ ਤਾਂ ਲੈ ਲਈ ਕਿਤੇ ਮੁਕਤਸਰ ਵਾਲੇ ਵਕੀਲ ਵਾਲੀ ਨਾ ਹੋ ਜੇ ਕਿਉਂਕਿ ਜਦੋਂ ਵਿਅਕਤੀਗਤ ਕੇਸ ਹੁੰਦੇ ਨੇ ਨਾ ਜੀ ਉੱਥੇ ਬੰਦਾ ਨਫੇ ਨੁਕਸਾਨ ਸੋਚਣਾ ਵੀ ਪੱਤਰਕਾਰ ਦੀਆਂ ਲੱਤਾਂ ਭਾਰ ਚੱਲ ਜਾਣਗੀਆਂ ਕਿਉਂਕਿ ਇਹ ਸਵਾਲ ਹੁੰਦੇ ਰਹੇ ਆ ਪਹਿਲਾਂ ਦੇਖੋ ਜੀ ਪੱਤਰਕਾਰ ਉਹ ਸਮਝਦਾਰ ਆ ਸਿਆਣਾ ਜਿਹੜਾ ਉਹ ਤਾਂ ਇਹ ਦੋਸ਼ ਲਾਉਂਦੇ ਨੇ ਵੀ ਤੂੰ ਲੱਖੇ ਨੂੰ ਪਹਿਲਾਂ ਚਮਕਾਇਆ ਇਹ ਤਾਂ ਸਾਰਿਆਂ ਨੇ ਚਮਕਾਇਆ ਜੀ TRP ਲਈ ਸਾਰੇ ਕੋਸ਼ਿਸ਼ਾਂ ਕਰਦੇ ਆ ਹੁਣ ਕਈ ਵਿਅਕਤੀਗਤ ਚੈਨਲ ਨੇ ਜੀ ਬੰਦਿਆਂ ਦਾ ਰੁਜ਼ਗਾਰ ਆ ਉਹਦੇ ਵਿੱਚ ਉਹਨਾਂ ਨੂੰ ਇਹੋ ਜਿਹਾ ਕੁਛ ਕਰਨਾ ਪੈਂਦਾ ਵੱਡੀ ਪੱਤਰਕਾਰਾਂ ਦੀ ਕਮਜ਼ੋਰੀ ਇਹ ਰਹੀ ਵੀ ਜਿਹੜੇ ਲੱਖੇ 'ਤੇ ਸਵਾਲ ਉੱਠਦੇ ਸੀ ਉਹ ਲੱਖੇ ਨੂੰ ਕਦੇ ਸਵਾਲ ਨਹੀਂ ਪੁੱਛੇ ਲੱਖੇ ਨੂੰ ਮੌਕਾ ਦਿੱਤਾ ਤੂੰ ਉਹਦੇ ਬਾਰੇ ਬੋਲ ਉਹਦੇ ਬਾਰੇ ਬੋਲ ਉਹਦੇ ਬਾਰੇ ਬੋਲ ਉਹਦੇ ਬਾਰੇ ਬੋਲ ਉਹ ਲਾਲ ਕਿਤਾਬ ਆ ਜਿਵੇਂ ਨਕਸਲੀਆਂ ਦੀ ਲਾਲ ਕਿਤਾਬ ਸੀ ਟੋਟਕੇ ਬਾਜ਼ ਆ ਉਹ ਟੋਟਕਾ ਛੱਡਣ ਦਿੰਦਾ ਕੋਈ TRP ਚੱਲ ਜਾਂਦੀ ਹੈ
ਜਿਹੜੇ ਅੱਜ ਮਿਹਣੇ ਦਿੰਦੇ ਨੇ ਰਤਨ ਨੂੰ ਜਾਂ ਕਿਸੇ ਹੋਰਾਂ ਨੂੰ ਵੀ ਤੁਸੀਂ ਲੱਖੇ ਨੂੰ ਚਮਕਾਇਆ, ਸਾਰਿਆਂ ਨੇ ਚਮਕਾਇਆ ਭਾਈ, ਉਹ ਤਾਂ ਤੁਹਾਡੀ ਗਲਤੀ ਇਹ ਆ ਵੀ ਤੁਸੀਂ ਲੱਖੇ ਨੂੰ ਘੇਰਿਆ ਨਹੀਂ, ਉਹਨੂੰ ਸਵਾਲ ਨਹੀਂ ਪੁੱਛੇ। ਜਿਹੜਾ ਸਵਾਲ ਆ ਨਾ ਜਵਾਬਦੇਹੀ ਦਾ, ਜਦੋਂ ਮੈਂ ਕਹਿੰਦਾ ਵੀ ਲੱਖੇ ਦੇ ਨਾਲ ਰਾਨਾ ਨਾ ਕਰਨਾ, ਇਹਦਾ ਮਤਲਬ ਇਹ ਥੋੜ੍ਹਾ ਵੀ ਵਿਆਹਿਆ ਨਹੀਂ ਜਾਂ ਉਹਦੇ ਬਾਲ ਬੱਚੇ ਨਹੀਂ, ਇਹਦਾ ਮਤਲਬ ਨਾ ਉਹਦੀ ਜਥੇਬੰਦੀ ਆ, ਨਾ ਜਵਾਬਦੇਹੀ ਆ, ਨਾ ਕੋਈ ਐਲਾਨਨਾ। ਮੈਂ ਕਹਿੰਦਾ ਕਿਸਾਨ ਯੂਨੀਅਨਾਂ ਨੇ ਕੋਈ ਐਲਾਨਨਾਮਾ ਤਾਂ ਹੈ, ਕੋਈ ਪ੍ਰੋਗਰਾਮ ਤਾਂ ਹੈ, ਕੋਈ ਨੀਤੀ ਤਾਂ ਹੈ, ਨੀਤੀ ਉਹ ਕੋਈ ਨਹੀਂ। ਹੁਣ ਜਦੋਂ ਇੱਥੇ ਫਸ ਗਿਆ, ਉਹ ਜਾ ਕੇ ਸਰਵ ਹਿਤਕਾਰੀ ਸਕੂਲ 'ਚ ਜਾ ਕੇ ਉੱਥੇ ਘੇਰਾ ਪਾ ਲਿਆ। ਪਹਿਲਾਂ ਤੂੰ ਮੈਨੂੰ ਇਹ ਦੱਸ ਤੂੰ ਕੌਣ ਆ, ਵੀ ਪ੍ਰਿੰਸੀਪਲ ਕੌਣ ਲੱਗੇ? ਜਿਹੜੇ ਪ੍ਰਾਈਵੇਟ ਸਕੂਲ ਚੱਲਦੇ ਨੇ ਉਹ ਨਿਯਮਾਂ ਅਨੁਸਾਰ ਚੱਲਦੇ ਨੇ, ਸਿਲੇਬਸ ਨਿਯਮਾਂ ਅਨੁਸਾਰ ਤੈਅ ਹੁੰਦਾ, ਪਰ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਨੂੰ ਕੁਝ ਆਗਿਆ ਦਿੱਤੀ ਹੋਈ ਆ ਕਾਨੂੰਨ ਨੇ ਵੀ ਤੁਸੀਂ ਆਪਦੇ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਰ ਵੱਖਰੇ ਸਕੂਲ ਖੋਲ੍ਹ ਸਕਦੇ ਹੋ। ਜੇ ਖਾਲਸਾ ਸਕੂਲ ਖੁੱਲ੍ਹੂ ਉੱਥੇ ਗੁਰੂ ਨਾਨਕ ਦੀ, ਸਿੱਖਾਂ ਦੀ, ਉਹਨਾਂ ਦੀਆਂ ਫੋਟੋ ਲੱਗਣਗੀਆਂ। ਜੇ ਕਿਸੇ ਹਿੰਦੂ ਜਥੇਬੰਦੀ ਦਾ ਸਕੂਲ ਆ, RSS ਦਾ ਸਕੂਲ ਆ, ਉਹਨੇ ਆਪਣੇ ਬੰਦਿਆਂ ਦੀਆਂ ਲਾਉਣੀਆਂ ਨੇ। ਜੇ ਕਿਸੇ ਦਾ ਨਿੱਜੀ ਸਕੂਲ ਆ, ਉਹਨੇ ਆਪਣੇ ਬਜ਼ੁਰਗਾਂ ਦੀ ਜਾਂ ਜਿਹਨਾਂ ਨੇ ਉਹ ਕੀਤਾ ਉਹਨਾਂ ਦੀਆਂ ਲਾਉਣੀਆਂ ਨੇ। ਜੇ ਹੁਣ ਇਹੀ ਫਾਰਮੂਲਾ ਜਿੰਨੇ ਡਰੈਸ ਕੋਡ ਵੀ ਆ, ਜਿਹੜੇ ਕ੍ਰਿਸਚਨਾਂ ਦੇ ਸਕੂਲ ਨੇ ਉੱਥੇ ਡਰੈਸ ਕੋਡ ਹੋਰ ਆ, ਜਿਹੜੇ ਖਾਲਸਾ ਸਕੂਲ ਨੇ ਉੱਥੇ ਡਰੈਸ ਕੋਡ ਹੋਰ ਆ। ਮੈਂ ਕਹਿੰਦਾ ਆਪਣੇ ਆਹ ਬੜੂ ਸਾਹਿਬ ਵਾਲਿਆਂ ਦੀ ਵਰਦੀ ਡਰੈਸ ਕੋਡ, ਰਹਿਣ ਕੋਡ, ਪਾਠ ਕਦੋਂ ਕਰਨਾ, ਸਵੇਰੇ ਕਿੰਨੇ ਵਜੇ ਉੱਠਣਾ, ਕੀ ਕਰਨਾ, ਇਹਨਾਂ ਦਾ ਅੱਡਾ। ਅਤੇ ਜੇ ਹੁਣ ਮੁਲਕ 'ਚ ਜਿਹੜੇ ਦੂਜੇ ਸਕੂਲ ਨੇ ਸਿੱਖਾਂ ਨੇ ਖੋਲ੍ਹੇ ਹੋਏ ਨੇ, ਖਾਲਸਾ ਸਕੂਲ ਨੇ, ਖਾਲਸਾ ਕਾਲਜ ਨੇ, ਅਤੇ ਉੱਥੇ ਜਾ ਕੇ ਲੱਖੇ ਵਰਗੇ ਡਰੋਲੀ ਜਿੱਥੇ ਬਥੇਰੇ ਨੇ ਤੁਹਾਨੂੰ ਪਤਾ, ਉਹ ਜਾ ਕੇ ਫਾਲਨ ਕਰਨ ਲੱਗ ਜਾਣ। ਹੁਣ ਕਈ ਸਕੂਲ ਪ੍ਰਿੰਸੀਪਲ ਨੇ ਪੰਜਾਬੀ ਪੜ੍ਹਾਉਣੀ ਹੁੰਦੀ ਹੈ, ਤੁਸੀਂ ਇਹ ਦੇਖੋ ਕੀ ਉੱਥੇ ਪੰਜਾਬੀ ਦਾ ਵਿਸ਼ਾ ਪੜ੍ਹਾਇਆ ਜਾਂਦਾ? ਜੇ ਉਹ ਪੰਜਾਬੀ ਅਧਿਆਪਕ ਨਹੀਂ ਰੱਖਦੇ, ਤੁਸੀਂ ਕਹਿ ਸਕਦੇ ਹੋ ਵੀ ਪੰਜਾਬੀ ਅਧਿਆਪਕ ਕਿਉਂ ਨਹੀਂ ਰੱਖੇ ਜਦੋਂ ਬਾਕੀ ਸਾਰੇ ਰੱਖੇ ਨੇ? ਕੀ ਉਹ ਸਿਲੇਬਸ ਆਪਦਾ ਕੋਈ ਵੱਖਰਾ ਪੜ੍ਹਾਉਂਦੇ ਨੇ? ਹਰ ਇੱਕ ਸਕੂਲਾਂ 'ਚ ਪ੍ਰੇਅਰ ਅੱਡ ਹੁੰਦੀ ਆ ਜੀ। ਹਿੰਦੂ ਸਕੂਲ ਨੇ ਉਹਨਾਂ ਦੀ ਹੋਰ ਪ੍ਰੇਅਰ ਆ, ਖਾਲਸਾ ਸਕੂਲਾਂ ਦੀ ਹੋਰ ਪ੍ਰੇਅਰ ਆ, ਸਰਕਾਰੀ ਸਕੂਲਾਂ ਦੀ ਹੋਰ ਪ੍ਰੇਅਰ ਆ, ਇਹ ਤਾਂ ਹੁੰਦੀ ਆ। ਪ੍ਰਸ਼ਾਸਨ ਮਲੀ ਸਾਹਿਬ, ਪ੍ਰਸ਼ਾਸਨ ਕੋਈ ਜਿਵੇਂ ਲੱਖਾਂ ਆਪਣਾ ਇਕੱਠ ਕਰਕੇ ਜਾਂਦਾ, ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਵੀ ਜਾ ਕੇ ਘੇਰਦਾ, ਪ੍ਰਸ਼ਾਸਨ ਨਹੀਂ ਰੋਕਦਾ? ਪ੍ਰਸ਼ਾਸਨ, ਮੈਂ ਕਿਹਾ ਕੇਂਦਰ ਸਰਕਾਰ ਦੀ ਸਟੇਟ ਦੀ ਨੀਤੀ ਆ ਵੀ ਪੰਜਾਬ ਦੇ ਵਿੱਚ ਕਿਸੇ ਵੀ ਥਾਂ 'ਤੇ ਕੋਈ ਇੱਕ ਵੱਜਵਾਂ ਪ੍ਰਵਚਨ ਨਾ ਬਣੇ, ਤਾਂ ਕਿ ਲੋਕਾਂ ਨੂੰ ਕੋਈ ਉਹਦੀ ਥਾਂ 'ਤੇ ਘੁਚੋਲਾ ਪਾਓ, ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ, ਵੱਧ ਤੋਂ ਵੱਧ ਘੁਚੋਲਾ ਪਾਓ। ਇਹੋ ਜਿਹੇ ਘੁਚੋਲਾ ਪਾਉਣ ਲਈ ਇਹੋ ਜਿਹੇ ਬੰਦੇ ਚਾਹੀਦੇ ਨੇ। ਉਹ ਬਾਈ ਦੀਪ ਸਿੱਧੂ ਆ ਗਿਆ, ਉਹ ਬਾਈ ਅੰਮ੍ਰਿਤਪਾਲ ਆ ਗਿਆ, ਉਹ ਬਾਈ ਲੱਖਾ ਆ ਗਿਆ, ਅਤੇ ਵਾਰਸ ਪੰਜਾਬ ਦੇ ਕਿੱਥੇ ਨੇ? ਲੱਖੇ ਨੂੰ ਫੜ ਕੇ ਅੰਦਰ ਕਰ ਦੇਣ, ਕਿਸੇ ਨੇ ਮੁਲਾਕਾਤ ਕਰਨ ਨਹੀਂ ਜਾਣਾ, ਬੜਾ ਭੁਲੇਖਿਆ ਨੂੰ ਭਾਨਾ ਸਿੱਧੂ ਅੰਦਰ ਕੀਤਾ ਸੀ, ਕੀ ਬਣਿਆ? ਮੁੜ ਕੇ ਕਿਵੇਂ ਲੱਤਾਂ ਭਾਰ ਕਿਹਦੀਆਂ ਚੱਲਦੀਆਂ? ਵਾਰਸ ਪੰਜਾਬ ਦੇ ਆ ਕਿੱਥੇ ਆ ਜੀ? ਪਰਿਵਾਰ ਏ ਲੜ ਰਿਹਾ, ਪਰਿਵਾਰ ਏ ਖੰਡ ਪਾਠ ਪਾ ਰਿਹਾ, ਪਰਿਵਾਰ ਏ ਬੇਨ, ਪਰਿਵਾਰ ਨੇ ਤਾਂ ਕਰਨੀ ਉਹ ਹੁੰਦਾ ਜੀ। ਮਾਲੀ ਜੇ ਕੋਈ ਚੀਜ਼ ਸੀ ਜਾਂ ਮਾਲੀ ਦੀ ਪੰਜਾਬ 'ਚ ਸੁਣੀ ਜਾਂਦੀ ਸੀ, ਇੱਕ ਜਥੇਬੰਦੀ ਸੀ, ਹਜ਼ਾਰਾਂ ਵਿਦਿਆਰਥੀ ਉਹਦੇ ਮੈਂਬਰ ਸੀ, ਉਹਨਾਂ ਦੀ ਤਾਕਤ ਮਾਲੀ ਰਾਹੀਂ ਬੋਲਦੀ ਸੀ। ਜੇ ਕੋਈ ਮਾਲੀ ਗਲਤ ਕਰਦਾ ਸੀ, ਉਹਨਾਂ ਨੂੰ ਜਵਾਬ ਦੇਣਾ ਪੈਂਦਾ ਸੀ ਵੀ ਤੁਹਾਡਾ ਜਨਰਲ ਸਕੱਤਰ ਨੇ ਆਹ ਬਿਆਨ ਦਿੱਤਾ, ਦੱਸੋ ਇਹ ਤੁਹਾਡਾ ਕੀ ਕਿਵੇਂ ਆ, ਉਹਦਾ ਜਵਾਬ ਦੇਣਾ ਪੈਂਦਾ ਸੀ। ਬਈ ਇਹਦਾ ਕੀ ਆ, ਸਿਰ 'ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ, ਲੋਕ ਦਵੇ ਹੋਏ ਨੇ, ਆਹ ਲੱਗਦਾ ਜਰ ਇਹਦੇ ਨਾਲ ਸਿਆਪੇ ਨਾਲ ਕਿਹੜਾ ਪੰਗਾ ਲਓ, ਪੱਗ 'ਤੇ ਜਿਹਦੀ ਮਰਜ਼ੀ ਲਾ ਦੇ ਜਦੋਂ ਮਰਜ਼ੀ। ਸੋ ਇਸ ਕਰਕੇ ਇਹ ਜੋ ਕੁਛ ਕਰ ਰਿਹਾ ਇਹ ਸਮੱਸਿਆਵਾਂ ਪੈਦਾ ਕਰਨ ਲਈ ਕਰ ਰਿਹਾ। ਲੱਖੇ ਸਿਧਾਣੇ ਦਾ ਮੈਂ ਕਹਿੰਦਾ ਕਿਤੇ, ਹੁਣ ਉਦੋਂ ਉਹਨੂੰ ਮੱਤੇਵਾੜੇ ਬਾਰੇ ਪੁੱਛਿਆ, ਜਦੋਂ ਬੋਲ ਦੇਖ ਲਿਓ ਹੋ ਜਾਣਾ ਬਸ ਹੱਲ, ਕਿਉਂਕਿ ਭਗਵੰਤ ਮਾਨ ਨੇ ਦੱਸਤਾ ਹੋਊ ਵੀ ਅਸੀਂ ਇਹ ਕਰ ਲੈਣਾ, ਉੱਥੇ ਜਾ ਕੇ ਫਿਰ ਖਰੂ ਬਾਤ ਵੀ ਸਰਕਾਰ ਸਹੀ ਫੈਸਲਾ ਲੈਂਦੀ ਆ, ਐਂ ਕਰੋ ਤੁਸੀਂ ਐਂ ਕਿਉਂ ਕਰਦੇ ਹੋ? ਉਹ ਫੈਸਲਾ ਉਹਨਾਂ ਨੇ ਲੈਣਾ, ਕਮੇਟੀ ਨਾਲ ਗੱਲ ਨਹੀਂ ਕਰਦਾ ਭਗਵੰਤ ਮਾਨ। ਲੱਖੇ ਨੂੰ ਸ਼ਵਾਸ਼ਨ ਦਵਾ ਕੇ ਉੱਥੇ ਨੂੰ ਤੋਰ ਦਿੰਦਾ ਦੂਜੇ ਦਿਨ, NRI ਵਾਲੇ ਦੀ ਕੋਠੀ ਅਜੇ ਕਰਾਉਣ ਵਾਲੀ। ਉਹਨਾਂ ਨੇ ਵਿਚਾਰਿਆਂ ਨੇ ਸਿਆਸਤ ਤੋਂ ਕੀ ਲੈਣਾ? ਉਹਨਾਂ ਨੂੰ ਲੱਗਿਆ ਵੀ ਯਾਰ ਪੰਨੂ ਨੇ ਸਾਡੀ ਮਦਦ ਕੀਤੀ, ਉਹ ਕਹਿੰਦੇ ਪੰਨੂ ਦਾ ਵੀ ਧੰਨਵਾਦ, ਉਹਨਾਂ ਨੇ ਕੋਈ ਧਿਰ ਥੋੜ੍ਹਾ ਉਸਾਰਨੀ ਸੀ, ਉੱਥੇ ਜਾ ਕੇ ਉੱਥੇ ਰੌਲਾ ਪਾਤਾ। ਸੋ ਇਹ ਖਰੂ ਪਾਊ ਅਤੇ ਭੜਕਾਊ ਅੰਸਰ ਆ ਬਾਈ ਜੀ, ਇਹਨੇ ਹਮੇਸ਼ਾ ਹੀਰੋਇਜ਼ਮ ਦੀ ਤਲਾਸ਼ ਦੇ ਵਿੱਚ ਆ। ਪੰਜਾਬ ਦੇ ਵਿੱਚ ਬੰਦਿਆਂ ਦੀ ਥਾਂ ਬੰਦੇ ਬਦਲਣ ਨਾਲ ਮਸਲਾ ਨਹੀਂ ਹੱਲ ਹੋਣਾ। ਆ ਗਏ ਨਾ 99 ਆਮ ਘਰਾਂ ਦੇ ਆਦਮੀ, ਆਮ ਘਰਾਂ ਦੇ ਆਦਮੀਆਂ ਦਾ ਉਹਨਾਂ ਕੋਈ ਮਾੜਾ ਨਹੀਂ, ਪਰ ਆਮ ਘਰਾਂ ਦੇ ਉਹ ਆਦਮੀ ਜਿਨ੍ਹਾਂ ਕੋਲ ਪੈਸਾ ਤਾਂ ਚਾਹੇ ਨਹੀਂ ਪਰ ਅਕਲ ਆ, ਸੂਝ ਆ, ਉਹ ਪੰਜਾਬ ਬਾਰੇ ਜਾਣਦੇ ਆ, ਪੰਜਾਬ ਨੂੰ ਸਮਝਣਗੇ, ਪੰਜਾਬ ਨੂੰ ਹੱਲ ਕਰਨ ਵਾਲੇ ਪਾਸੇ ਤੁਰਨਗੇ। ਇਹ ਤਾਂ ਜੀਤਾ ਹਲਵਾਈ ਜੀ, ਫਲਾਨਾ ਪੈਂਚਰ ਵਾਲਾ ਜੀ, ਫਲਾਨਾ ਉਹ ਆ ਗਿਆ ਜੀ ਸਾਰਾ, ਅਤੇ ਹਾਲ ਹੁਣ ਕੀ ਬਣ ਰਿਹਾ ਸਰਕਾਰ ਦਾ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ। ਬਿਲਕੁਲ ਜੀ, ਸਹੀ ਗੱਲ ਹੈ ਮਾਲੀ ਸਾਹਿਬ, ਜਿਹੜਾ ਲੱਖੇ ਦਾ ਜਿੰਨਾ ਇੰਨਾ ਤਾਮ ਝਾਮ ਆ, ਜੋ ਇੰਨੀ ਟੀਮ ਤੁਰਦੀ ਆ, ਗੱਡੀਆਂ ਦੇ ਕਾਫਲੇ ਜਾਂਦੇ ਆ, ਇੱਕ ਫੰਡਿੰਗ ਕਿੱਥੋਂ ਆਉਂਦੀ ਹੋਊ? ਕਿਉਂਕਿ ਪੋਸੀਬਲ ਆਪਣੀ ਜੇਬ 'ਚੋਂ ਤਾਂ ਇੰਨਾ ਸਾਰਾ ਕੁਛ ਕਰਨਾ ਪੋਸੀਬਲ ਨਹੀਂ, ਕੀ ਲੱਗਦਾ ਫੰਡਿੰਗ ਕਿੱਥੋਂ ਆਉਂਦੀ? ਦੇਖੋ ਮੈਨੂੰ ਇਹਦੇ ਬਾਰੇ ਪਤਾ ਨਹੀਂ,
ਜਥੇਬੰਦੀਆਂ ਨੇ ਉਹ ਹਿਸਾਬ ਦਿੰਦੀਆਂ, ਹਿਸਾਬ ਦੇਣਾ ਚਾਹੀਦਾ। ਹੁਣ ਇਹਦਾ ਡਰੋਲੀ ਜਥਾ, ਇਹ ਡਰੋਲੀ ਜਥੇ ਦਾ ਹਿਸਾਬ ਇਹਨੂੰ ਦੇਣਾ ਚਾਹੀਦਾ। ਕੱਲ੍ਹ ਇੱਕ ਪਰਸੋਂ ਮੈਂ ਇੱਕ ਦੇਖਿਆ, ਇੱਕ ਪੱਤਰਕਾਰ ਨੇ ਪੁੱਛਿਆ ਆਹੀ ਸਵਾਲ ਜਿਹੜਾ ਤੁਸੀਂ ਮੈਨੂੰ ਕਹਿੰਦੇ ਹੋ, ਲੱਖੇ ਨੂੰ ਪੁੱਛਿਆ, ਸ਼ਾਇਦ ਉਹ ਮਨਿੰਦਰ ਸਿੱਧੂ ਸੀ ਮੁੰਡਾ ਐਂਕਰ ਸੀ ਜਿਹੜਾ, ਉਹਨੂੰ ਜਵਾਬ ਕੀ ਦਿੰਦਾ ਨਾ, ਕਹਿੰਦਾ ਕਹਿ ਤਾਂ ਮੈਂ ਕੁਛ ਵੀ ਸਕਦਾ ਚੈਨਲ 'ਤੇ ਵੀ ਇੱਕ ਆਮਦਨ ਕਿੱਥੋਂ ਆਉਂਦੀ ਆ, ਖਰਚਾ ਕਿੱਥੋਂ ਹੁੰਦਾ, ਕਹਿ ਤਾਂ ਸਕਦਾ ਨਹੀਂ, ਕਿਵੇਂ ਦੱਸੂ। ਕਹਿੰਦਾ ਜਿਹਨੂੰ ਹਿਸਾਬ ਦੀ ਲੋੜ ਆ ਉਹ ਮੇਰੇ ਕੋਲ ਆ ਜੇ, ਮੈਂ ਉਹਨੂੰ ਹਫ਼ਤਾ ਘਰੇ ਰੱਖੂ, ਮਹੀਨਾ ਘਰੇ ਰੱਖੂ, 2 ਮਹੀਨੇ ਘਰੇ ਰੱਖੂ, ਉਹ ਸਾਰਾ ਦੇਖ ਲਏ ਵੀ ਆਮਦਨ ਕਿੱਥੋਂ ਆਉਂਦੀ ਆ, ਖਰਚ ਕਿੱਥੋਂ ਆਉਂਦੀ ਆ। ਹੁਣ ਇਹ ਦਬਕਾ ਧਮਕੀ ਆ, ਧਮਕੀ ਹੋਈ ਅੰਮ੍ਰਿਤਪਾਲ ਵਾਲੀ, ਜਿਹੜਾ ਚੜ ਕੇ ਆਊ ਤੇਗ, ਜਿਹੜਾ ਨਿਮਕੇ ਆਊ ਦੇਗ। ਇਹਦਾ ਮਤਲਬ ਮੈਨੂੰ ਸਵਾਲ ਪੁੱਛਣ ਦੀ ਹਿੰਮਤ ਨਹੀਂ ਕਿਸੇ, ਜੇ ਕਿਸੇ ਦੀ ਆ ਮੇਰੇ ਕੋਲ, ਕਿਹੜਾ ਜਾਊ ਜੀ ਉਹਦੇ ਕੋਲ, ਉਹਦੇ ਕੋਲ ਆ ਗਿਆ ਸੀ ਪੱਤਰਕਾਰ ਨੇ, 2 ਸਵਾਲ ਪੁੱਛੇ, ਕੀ ਹੋ ਗਿਆ, ਉਹਦੀ ਕੁੱਟਮਾਰ ਕੀਤੀ ਜਾਂ ਨਾ ਕੀਤੀ, ਮੈਨੂੰ ਇਹ ਪਤਾ ਨਹੀਂ, ਉਹ ਆਪ ਦੱਸ ਸਕਦਾ। ਪਰ ਖਬਰਾਂ 'ਚ ਇੱਕ ਲਿਖਿਆ ਵੀ ਉਹਨੂੰ ਬੰਦ ਕਰਕੇ ਰੱਖਿਆ, ਉਹਨੂੰ ਧੱਕਾ ਮੁੱਕੀ ਵੀ ਕੀਤੀ, ਕੈਮਰਾ ਵੀ ਖੋਹਿਆ, ਇਹ ਸਾਰਾ ਕੁਛ ਕੀਤਾ। ਸੋ ਇਸ ਕਰਕੇ ਇਹ ਜਿਹੜੀ ਗੁੰਡਾਗਰਦੀ ਵਾਲੀ ਸਿਆਸਤ ਆ, ਦਹਿਸ਼ਤ ਪਾਊ ਸਿਆਸਤ ਆ, ਇਹ ਮੋੜਵੇਂ ਰੂਪ 'ਚ ਸਰਕਾਰ ਦਾ ਪ੍ਰਵਚਨ ਹੀ ਮਜ਼ਬੂਤ ਕਰਦੀ ਆ ਵੀ ਜਿਹਦੀ ਡਾਂਗ ਜੀ ਉਸੇ ਦਾ ਮਸਲਾ ਹੱਲ ਹੋਣਾ। ਜਿਹੜਾ ਸਾਡਾ ਪ੍ਰਵਚਨ ਆ ਪੰਜਾਬ ਦਾ ਜਾਂ ਜਥੇਬੰਦੀ ਦਾ, ਤੁਸੀਂ ਮਾਰਕਸਵਾਦੀਆਂ ਦਾ ਕਹਿ ਲਓ, ਸਿੱਖਾਂ ਦਾ ਕਹਿ ਲਓ, ਇਹ ਤਾਂ ਸਰਬੱਤ ਦੇ ਭਲੇ ਵਾਲਾ, ਸਮੂਹ ਨੂੰ ਨਾਲ ਲੈਣ ਵਾਲਾ, ਜਥੇਬੰਦੀ ਵਾਲਾ, ਪਾਰਦਰਸ਼ਤਾ ਵਾਲਾ, ਜਵਾਬਦੇਹੀ ਵਾਲਾ। ਮੈਂ ਕਹਿੰਦਾ ਅਗਰਾਹਾਂ ਯੂਨੀਅਨ ਉਹਨਾਂ ਦੀ ਸਿਆਸਤ ਦਾ ਮੈਂ ਸਭ ਤੋਂ ਵੱਧ ਆਲੋਚਕ ਹਾਂ, ਪਰ ਫੰਡਾਂ ਦੇ ਮਾਮਲੇ 'ਚ ਉਹ ਸਾਰਿਆਂ ਨਾਲ ਵੱਧ ਠੀਕ ਨੇ, ਅਤੇ ਸਭ ਤੋਂ ਵੱਧ ਫੰਡ ਇਕੱਠਾ ਉਹ ਕਰਦੇ ਨੇ, ਅਤੇ ਸਭ ਤੋਂ ਵੱਧ ਅਮੀਰ ਯੂਨੀਅਨ ਆ ਉਹ। ਮਤਲਬ ਉਹਨੂੰ ਕਿਤੇ ਕਿਤੇ ਕੋਈ ਗੱਲ ਕਰ ਲਓ ਵੀ ਇੰਨਾ ਬੱਸਾਂ ਲਿਆਉਣੇ, ਇੰਨਾ ਯਾਰ ਖਰਚਾ ਬਹੁਤ ਆ ਜੂ, ਉਹ ਕਹਿੰਦੇ ਮਨੀ ਇਜ਼ ਨੋ ਪ੍ਰੋਬਲਮ। ਪਰ ਹਿਸਾਬ ਕਿਤਾਬ ਤਾਂ ਉਹ ਦਿੰਦੇ ਨੇ ਨਾ ਜੀ ਪਿੰਡਾਂ 'ਚ। ਸੋ ਇਸ ਕਰਕੇ ਫੰਡਾਂ ਦੇ ਹਿਸਾਬ 'ਚ ਪਾਰਦਰਸ਼ਤਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਆਪਦੇ ਫੰਡਾਂ ਦਾ ਹਿਸਾਬ ਕਿਤਾਬ ਨਹੀਂ ਦਿਓਗੇ, ਮੈਂ ਪੰਜਾਬ ਸਟੂਡੈਂਟ ਯੂਨੀਅਨ 'ਚ ਰਿਹਾ, ਮੈਂ ਆਪਦਾ ਖਰਚਾ ਪੜ੍ਹਾਈ ਦਾ ਮੈਨੂੰ ਘਰੋਂ ਮਿਲਦਾ ਰਿਹਾ, ਪਰ ਯੂਨੀਅਨ ਦਾ ਖਰਚਾ ਮੈਂ ਯੂਨੀਅਨ ਦੇ ਫੰਡਾਂ 'ਚੋਂ ਕਰਦਾ ਰਿਹਾ। ਅੱਜ ਕਿੰਨੇ ਬੰਦੇ ਨੇ ਜਿਹੜੇ ਮੇਰੇ ਅੱਡ ਨੇ, ਵੀ ਤੁਹਾਡੇ ਨੇ ਜਾਣੀ ਵੱਖਰੇ ਵੱਖਰੇ ਆ, ਸਭ ਨੂੰ ਪਤਾ ਵੀ ਮਾਲੀ ਦਾ ਪੈਸੇ ਪੈਸੇ ਦਾ ਹਿਸਾਬ ਹੁੰਦਾ ਸੀ। ਸਾਡੇ ਇਹੋ ਜਿਹੇ ਸੱਜਣ ਵੀ ਹੁੰਦੇ ਸੀ, ਕੋਈ ਗਲਤ ਖਰਚਾ ਨਹੀਂ ਉਹ ਕਰਦੇ ਸੀ, ਪਰ ਉਹ ਲਿਆ ਕੇ ਨਾ ਸਾਰੇ ਕਾਗਜ਼ ਸਾਡੇ ਮੂਹਰੇ ਸਿੱਟ ਦਿੰਦੇ ਸੀ, ਯਾਰ ਮੇਰੇ ਤੋਂ ਨਹੀਂ ਹਿਸਾਬ ਸੂਬ ਬਣਦਾ, ਆਹ ਖਰਚਾ ਆਹ ਆਮਦਨ ਤੁਹਾਡੇ 'ਚੋਂ ਕੋਈ ਬਣਾ ਲਓ। ਪਰ ਇਹ ਪਾਰਦਰਸ਼ਤਾ ਫੰਡਾਂ ਦੀ ਵਿਅਕਤੀਗਤ ਵੀ ਜ਼ਰੂਰੀ ਆ, ਸਮਾਜਿਕ ਤੌਰ 'ਤੇ ਵੀ ਜ਼ਰੂਰੀ ਹੈ। ਤੁਹਾਨੂੰ ਪੰਜਾਬ ਦਾ ਖਜ਼ਾਨਾ ਤੁਹਾਡੇ ਹੱਥ ਅਗਲਾ ਦੇ ਦੂ, ਫਿਰ ਉੱਥੇ ਇਹ ਕਹੋਗੇ ਜਿਹਨੇ ਹਿਸਾਬ ਲੈਣ ਆ ਜੇ ਫਿਰ ਮੇਰੇ ਕੋਲ, 5 ਦਿਨ ਮੇਰੇ ਕੋਲ ਰਹੇ। ਕੋਈ ਲੋਕਾਂ ਨੂੰ ਇਸ ਲੱਖੇ ਦੀ ਸਿਆਸਤ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ? ਨਹੀਂ, ਲੋਕਾਂ ਨੂੰ ਅਸਲ 'ਚ ਆਸ ਹੈ ਨਹੀਂ, ਲੋਕਾਂ ਨੂੰ ਕੋਈ ਆਸ ਨਹੀਂ, ਨਾ ਇਹ ਕੋਈ ਧਿਰਾ, ਇਹ ਇੱਕ ਪਚੜਾਊ ਆ, ਪਚੜਾਊ ਪੋਲੀਟਿਕਸ ਆ, ਅਤੇ ਲੋਕ ਹੱਸਣਗੇ, ਹੱਸਦੇ ਵੀ ਨੇ ਲੋਕ। ਇਹਨੇ ਤਾਂ ਐਲਾਨ ਕਰਤਾ ਵੀ ਮੈਂ MP ਦੀ ਚੋਣ ਲੜੂੰ, ਇਹਦੇ ਪੱਲੇ MP ਦੀ ਸਿਆਸਤ ਹੈਗੀ ਆ, ਪੱਲੇ ਤਾਂ ਇਹਦੇ ਪੰਜਾਬ ਦੀ ਸਿਆਸਤ ਨਹੀਂ, ਪੰਜਾਬ ਦੇ ਪਾਣੀਆਂ ਦੀ ਸਿਆਸਤ ਨਹੀਂ, ਪੰਜਾਬ ਦੀ ਬੋਲੀ ਦੀ ਸਿਆਸਤ ਨਹੀਂ, ਸਿੱਖਿਆ ਨੀਤੀ ਨਵੀਂ ਬਣੀ ਆ, ਲੈ ਇਹਨੂੰ ਪੁੱਛ ਲਓ ਵੀ ਸਿੱਖਿਆ ਨੀਤੀ 'ਚ ਕੀ ਆ, ਪੋਸਟ ਪਾ ਦੂ ਆਹ ਐਂ ਕੀਤਾ, ਬਾਹਰਲੀ ਭਰਤੀ ਹੋ ਗਈ, ਆਹ ਹੋ ਗਈ, ਇਹਦਾ ਹੱਲ ਤਾਂ ਦੱਸ, ਇਹ ਕਿਉਂ ਹੋ ਗਈ, ਕਿਹੜੀਆਂ ਨੀਤੀਆਂ 'ਚ ਬਦਲਾਅ ਕਰਨ ਦੀ ਲੋੜ ਆ। ਇੱਥੇ ਭਗਵੰਤ ਮਾਨ ਨੇ ਪੰਜਾਬ ਲੁੱਟਿਆ, ਅੱਜ ਤੱਕ ਇਹੀ ਕਹਿੰਦਾ ਨਾ ਮੇਰੀ ਨੀਤ ਚੰਗੀ ਆ, ਨੀਤ ਚੰਗੀ ਤਾਂ ਉਹਦੀ ਪਤਾ ਲੱਗੂ ਤੁਹਾਡੀ ਨੀਤੀ ਚੰਗੀ ਆ, ਨੀਤੀ ਦਾ ਉਹਦੀ ਪਤਾ ਲੱਗੂ ਜਦੋਂ ਤੁਸੀਂ ਗਲਤ ਫੈਸਲਿਆਂ ਨੂੰ ਬਦਲੋਗੇ, ਉਹ ਤਾਂ ਕੋਈ ਫੈਸਲਾ ਬਦਲਿਆ ਨਹੀਂ। ਲੱਖਾ ਸਧਾਣਾ, ਅਗਲਾ ਕਹਿੰਦਾ ਉਹਦੀ ਗੱਲ ਦੱਸੋ ਠੀਕ ਆ ਜਾਂ ਗਲਤ, ਗੱਲ ਠੀਕ ਹੋ ਸਕਦੀ ਆ, ਪਰ ਜਿਹੜੀ ਪਹੁੰਚ ਉਹ ਗੰਗੈਸਟਰਾਂ ਵਾਲੀ ਆ, ਗੁੰਡਿਆਂ ਵਾਲੀ ਆ, ਦਾਬੇ ਵਾਲੀ ਆ, ਡਰਾਉਣ ਵਾਲੀ ਆ, ਧਮਕਾਉਣ ਵਾਲੀ ਆ, ਇਹ ਨਹੀਂ ਚੱਲਦੀ ਹੁੰਦੀ ਲੋਕਤੰਤਰ ਦੇ ਵਿੱਚ। ਜੇ ਉਹ ਕੋਈ ਗੰਗੈਸਟਰ ਆ ਨਾ, ਜਿਹੜਾ ਸਾਡੀ ਤਾਂ ਬਾਣੀ ਦੇ ਵਿੱਚ ਕਹਿੰਦੀ ਨਿਵੇਂ ਸੋ ਗੋਰਾ ਹੋਏ, ਅਤੇ ਇਹ ਜਦੋਂ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਤਾਂ ਉੱਥੇ ਨਿਮਕੀ ਚੱਲਣਾ ਪੈਂਦਾ। ਇਸੇ ਕਰਕੇ ਕਹਿੰਦੇ ਨਾ ਵੀ ਸੰਗਤ ਆ ਜਿਹੜੀ ਉਹ 21 ਵਿਸਵੇ ਆ, ਗੁਰੂ 20 ਵਿਸਵੇ ਆ, ਚਾਹੇ ਸ਼ਬਦ ਚਲੋ ਕੀ ਕਿਵੇਂ ਵਰਤਿਆ ਗਿਆ, ਮਤਲਬ ਇਹ ਆ ਤੁਸੀਂ ਸਮੂਹ ਦੇ ਅਧੀਨ ਹੋ, ਸਮੂਹ ਦੀ ਰਾਜਾ ਨੂੰ ਪ੍ਰਗਟ ਕਰਦੇ ਹੋ, ਕਰਦੇ ਵੀ ਨਹੀਂ ਹੈ। ਕਿਸਾਨ ਕੋਲ ਵੇਲੇ ਕੀ ਕੀਤਾ, ਲੀਡਰ ਹੁਣ ਤੱਕ ਤੁਸੀਂ ਫੈਸਲੇ ਕਰਦੇ ਰਹੇ ਹੋ, ਲੋਕ ਲਾਗੂ ਕਰਦੇ ਰਹੇ ਨੇ, ਹੁਣ ਸੰਗਤ ਫੈਸਲਾ ਕਰੂ, ਲਾਗੂ ਤੁਹਾਨੂੰ ਕਰਨੇ ਪੈਣਗੇ। ਅਗਲਾ ਕਹਿੰਦੇ ਸੰਗਤ ਕਿਵੇਂ ਫੈਸਲਾ ਕਰੂ, ਉਹ ਕਹਿੰਦੇ ਅਸੀਂ ਲੋਕਾਂ ਤੋਂ ਰਾਏ ਲੈਂਦੇ, ਜੋ ਅਸੀਂ ਕਹਿੰਦੇ ਹਾਂ ਉਹ ਸੰਗਤ ਦੀ ਰਾਏ ਆ। ਸੋ ਇਹ ਜਿਹੜਾ ਤਰਕ ਆ ਨਾ, ਸਾਡੇ ਸੰਕਲਪ ਜਿਹੜੇ ਬਦਲੇ ਜਾ ਰਹੇ ਨੇ ਉਹ ਦੇਖਣ ਨੂੰ ਚੰਗੇ ਲੱਗਦੇ ਨੇ। ਇਹਨਾਂ ਬਾਰੇ ਸਮੂਹ ਪੰਜਾਬੀਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ, ਵੱਡੀ ਗੱਲ ਬੋਲਣ ਦੀ ਲੋੜ ਆ ਯਾਰ, ਕਿੰਨੇ ਬੁੱਧੀਜੀਵੀ ਨੇ, ਭਗਵੰਤ ਮਾਨ ਕੀ ਕਰ ਰਿਹਾ ਕੋਈ ਬੋਲ, ਚੁੱਪੇ ਵੱਟ ਗਏ। ਇੱਕ ਹੋਰ ਬੁੱਧੀਜੀਵੀਆਂ ਦਾ ਇਕੱਠ ਹੋ ਗਿਆ, ਕਹਿੰਦੇ ਸੁਖਬੀਰ ਬਾਦਲ ਨੇ ਸੱਦਿਆ, ਉਹ ਸੁਖਬੀਰ ਬਾਦਲ ਨੂੰ ਕਹਿੰਦੇ ਤੂੰ ਅਗਵਾਈ ਕਰ। ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਹੁਣ ਤੱਕ ਰੋਲ ਕੀ ਹੈ ਜੀ? ਕਹਿੰਦੇ ਅਸੀਂ ਗੱਲਾਂ ਬਹੁਤ ਖਰੀਆਂ ਕਹੀਆਂ, ਹੁਣ ਉਹ ਤਾਂ ਕਿਸੇ ਨੂੰ ਕੀ ਪਤਾ ਜੀ ਤੁਸੀਂ ਮੀਟਿੰਗ 'ਚ ਕੀ ਕਿਹਾ। ਉਹਨਾਂ ਨੇ ਬਿਆਨ ਜਾਰੀ ਕੀਤਾ ਵੀ ਇਹਨਾਂ ਬੁੱਧੀਜੀਵੀਆਂ ਨੇ
सुखबीर बादल नूं अपील की सर्व पार्टी मीटिंग सद, तू खेतरी पार्टियां तेरी फर्ज बनता, तू ये अगवाई सामभ, हुण इहनूं तुसीं की कहोगे जी। सो इस करके बड़े रौलक झोले ने, इन्हों गंभीरता नाल समझण दी लोड़ आ। धन्यवाद जी। इस मालविंदर सिंह माली, तुसीं सारी गलबात सुनी, बड़े स्पष्ट शब्दों में कहा कि पंजाब दे विच इस वक्त सियासी खला नूं भरन लई जिहड़ी अलग अलग ताकत हैगियां ने उन्हां नूं समझण दी लोड़ आ। लखे सधारण की राजनीति दे उत्ते भी गल कीती आ, ते लोकां सामने भी सवाल खड़े आ कि लोग किस सियासत नूं पसंद करना चाहिए। लोगों नूं इह सवालां दे हल जदों लोग लभणगे तां जवाब जरूर आऊगा। जुड़े रहो रेडियो स्पाइस दे नाल, जल्द ही मिलदे आ किसी होर वड्डे चेहरे दे नाल। मैं करम सिखा, कैमरामैन जसकरन दे नाल, धन्यवाद।